ਅੱਜ ਭਾਈ ਮੀਂਹ ਪੈਂਦਾ ਸੀ ਮੀਂਹ ਪੈਂਦੇ ਸੀ ਸਾਡਾ ਥੋੜਾ ਜਿਹਾ ਜਗਾੜੂ ਜਿਹਾ ਕੰਮ ਕੀਤਾ ਹੋਇਆ ਹਨਾ ਪਾਣੀ ਵਾਲੇ ਦਾਲੇ ਜੇ ਹੁਣ ਇੱਥੇ ਮੁੰਡੇ ਵੇਲਦੇ ਭਾਈ ਰੋਟੀ ਇੱਥੇ ਬਣਨੀ ਸੀ ਠੀਕ ਨਹੀਂ ਅਤੇ ਹੁਣ ਮੁੰਡੇ ਅੰਦਰ ਵੇਲਣ ਲੱਗੇ ਹੋਇਆ ਅਤੇ ਵੇਲ ਵੇਲੇ ਆਈ ਜਾਂਦੇ ਇੱਧਰ ਹਨਾ ਉਹ 100 ਰੁਪਾ ਹਾਂ ਬਈ 100 ਰੁਪਏ ਰੋਟੀ ਗੋਲ ਹੁੰਦੀ ਹੈ ਪੂਰੀ ਹਾਂਜੀ ਭਾਈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਇੱਥੋਂ ਦੀ ਗੋਲ ਰੋਟੀ ਵੇਲਦੀ ਹੈ ਵਧੀਆ ਰੋਟੀ ਪਾਣੀ ਮਿਲਦਾ ਦੋ ਟਾਈਮ ਜੀ ਤਾਜ਼ਾ ਰੋਟੀ ਪਾਣੀ ਸਾਰਿਆਂ ਨੂੰ ਖਵਾਈਦਾ ਜੀ ਆਪਦੇ ਹੱਥੀ ਬਣਾ ਕੇ ਲੋ ਜੀ ਬਹੁਤ ਵਧੀਆ ਨੇ ਮੁੰਡੇ ਇਹ ਇਹਨਾਂ ਦੀ ਡਿਊਟੀ ਹੈ ਰੋਟੀ ਦੀ ਠੀਕ ਆ ਇਹ ਸਾਡਾ ਸਟਾਰ ਜਾਫੀ ਬਿੰਦੂ ਢੋਡੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਧੀਆ ਖੁਰਾਕ ਮਿਲਦੀ ਹੈ ਜੀ ਉਰੇ ਖਾਣ ਨੂੰ ਜਿਵੇਂ ਲੋਕ ਕਹਿੰਦੇ ਨੇ ਵੀ ਖਾਣ ਪੀਣ ਨੂੰ ਵੀ ਕੁਛ ਹੋਰ ਨਹੀਂ ਹੈਗਾ ਜਿਹੜੇ ਉਰੋਂ ਭੱਜਦੇ ਨੇ ਉਹ ਟ੍ਰੇਨ ਤੋਂ ਡਰ ਕੇ ਭੱਜਦੇ ਨੇ ਜੀ ਖੁਰਾਕ ਖਰੂਕ ਦਾ ਕੋਈ ਚੱਕਰ ਨਹੀਂ ਖੁਰਾਕ ਤਾਂ ਪ੍ਰੇਅਰ ਨੇ ਜਿਹੜੀ ਖਾਣੀ ਹੈ ਉਹ ਆਪ ਵੀ ਖਾ ਸਕਦਾ ਬਣਾ ਕੇ ਬਾਕੀ ਟ੍ਰੇਨਿੰਗ ਬਹੁਤ ਸਟਰੋਂਗ ਆ ਜੀ ਟ੍ਰੇਨਿੰਗ ਕਰਕੇ ਘਰ ਨੂੰ ਜਾਂਦੇ ਨੇ ਜੀ ਹੋਰ ਨਹੀਂ ਕੋਈ ਚੱਕਰ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਬਸ ਆਹ ਦੇਖ ਬਾਈ ਰੋਟੀ ਦਾ ਵੀ ਆਹ ਰੋਟੀ ਜਦੋਂ ਐਂ ਮਾੜੀ ਮਾੜੀ ਉੱਠ ਖੜੀ ਉਦੋਂ ਬਦਲਣੀ ਆਪਾਂ ਹਨਾ ਆਹੀ ਤਰੀਕਾ ਰੋਟੀ ਦਾ ਬਸ ਬਸ ਹੋਰ ਇਹ 'ਚ ਕੋਈ ਫਾਰਸੀ ਨਹੀਂ ਪਰ ਮੈਨੂੰ ਬਹੁਤ ਚੰਗਾ ਲੱਗਿਆ ਸਿੱਖਣ ਨੂੰ ਹਨਾ ਅਤੇ ਪਹਿਲਾਂ ਐਂ ਕਹਿੰਦੇ ਵੀ ਰੋਟੀ ਫੁੱਲਦੀ ਨਹੀਂ ਯਾਰ ਉੱਤੇ ਹਨਾ ਹੁਣ ਫੁਲਾ ਕੇ ਵੀ ਦਿਖਾਉਂਦੇ ਤੁਹਾਨੂੰ ਮਾਰਾ ਸੁੱਖ ਬਸ ਇਹੀ ਆ ਬਾਈ ਡਾਇਟ ਇਹਨਾਂ ਨੂੰ ਵੀ ਕਹੀਦਾ ਵੀ 2 ਘੰਟੇ ਐਕਸਰਸਾਈਜ਼ ਸਵੇਰੇ ਹੋਈ ਉਦੋਂ ਬਾਅਦ ਤੁਸੀਂ ਵਿਹਲੇ ਹੋ ਠੀਕ ਆ ਆਪਦੇ ਫੂਡ ਆਪਦਾ ਖਾਣਾ ਆਪਦੀ ਡਾਇਟ ਆਪ ਤਿਆਰ ਕਰੋ ਠੀਕ ਆ ਨਾਲੇ ਬਾਈ ਬਣ ਗਈ ਨਾ ਰਮਾਲ ਆ ਗਈ ਰੋਟੀ ਹਾਂ ਬਾਈ ਤਾਜ਼ੀ ਤਾਜ਼ੀ ਖਵਾਈ ਦੀ ਹੈ ਬੱਚਿਆਂ ਨੂੰ ਆਪਣੇ ਬੱਚੇ ਨੇ ਠੀਕ ਨਹੀਂ ਫਤਿਹ ਯਾਰ ਗਈ ਨੇ ਵੀ ਮੈਨੂੰ ਤਾਂ ਸਾਰੇ ਹਨਾ ਕਿਸੇ ਨਾਲ ਇਹ ਨਹੀਂ ਵੱਲ ਬਾਈ ਤੂੰ ਆਹ ਕਰ ਆਹ ਕਰਨਾ ਸਿਖਾਈ ਦਾ ਬਾਈ ਭਾਈ ਰੋਟੀ ਪਹਿਲਾਂ ਸਾਰਾ ਰੋਟੀ ਤੋਂ ਚੜਨਾ ਪੈਣਾ ਨਾਲ ਫੁੱਲ ਗਈ ਆ ਇਹ ਜੋਤੀ ਆ ਮੁੰਡਾ ਸਾਡਾ ਹਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਕਰਹਾਲੀ ਸਾਹਿਬ ਹੈ ਇਹ ਪੁਰਾਣਾ ਜੀ ਸਾਹਿਬ ਨਾਲ ਬਸ ਇਹ ਵੀ ਆਪਦੇ ਵੇਟ 'ਚ ਸਟਾਰ ਆ ਪੂਰਾ ਫਿਟਨੈਸ ਐਨ ਬਰੂਸਲੀ ਵਰਗਾ ਜਾਵਾਂ ਇਹਨਾਂ ਦੀ ਹੱਥਾਂ ਇੱਕ ਅੱਧੇ ਦਿਨ 'ਚ ਇਹਦੀ ਪਾਵਾਂਗੇ ਬੋਡੀ ਦੀ ਫੋਟੋ ਹਨਾ ਜਿਹੜੇ ਫਿੱਟ ਨੇ ਬਾਹਲੇ ਜ਼ਿਆਦਾ ਆਪਣੇ ਬਰੂਸਲੀ ਨੇ ਜਿਹੜੇ ਬਸ ਇਹੀ ਆ ਬਾਈ ਆਪਦਾ ਫੂਡ ਆਪ ਤਿਆਰ ਕਰੋ ਹੁਣ ਜੇ ਮੈਂ ਲੱਗੂੰਗਾ ਬਾਈ ਮੁੰਡੇ ਮੇਰੀ ਕਾਪੀ ਕਰਨਗੇ ਠੀਕ ਨਹੀਂ ਜੇ ਹੁਣ ਮੈਂ ਕੁਰਸੀ ਡਾ ਕੇ ਚਲੋ ਫਲਾਨਿਆ ਐਂ ਕਰ ਉਹ ਧਮਕਿਆ ਐਂ ਕਰ ਠੀਕ ਨਹੀਂ ਫਿਰ ਮੈਂ ਕਿਵੇਂ ਕਹਿ ਸਕਦਾ ਇਹਨੂੰ ਫਿਰ ਨਹੀਂ ਮੈਂ ਕਹਿ ਸਕਦਾ ਫਿਰ ਨਹੀਂ ਮੈਂ ਘੂਰ ਸਕਦਾ ਇਹਨਾਂ ਨੂੰ ਮੈਂ ਘੂਰ ਤਾਂ ਸਕਦਾ ਜੇ ਮੈਂ ਮੂਹਰਲੀ ਕਤਾਰ 'ਚ ਜੁੜਾਂ ਆਪ ਇਹੀ ਐਕਸਰਸਾਈਜ਼ ਦਾ ਸ਼ਡਿਊਲ ਆਪਣਾ ਐਕਸਰਸਾਈਜ਼ ਇਹਨਾਂ ਨਾਲੋਂ 5-7 ਸੈੱਟ ਵੱਧ ਲਾਈਦੇ ਆ ਫਿਰ ਹੀ ਮੈਂ ਕਹਿ ਸਕਦਾ ਬਾਈ ਇਹਨਾਂ ਨੂੰ ਜੇ ਮੈਂ ਸੀਟੀਆਂ ਐਂ ਕਰ ਬਾਈ ਹੈ ABC ਆਉਂਦੀ ਨਹੀਂ ਤੀਜੀ ਪੀੜ੍ਹੀ ਆ ਭਲਵਾਨੀ 'ਚ ਕੋਈ ਟਾਕ ਸ਼ੋਅ ਕਰ ਲਓ ਐਕਸਰਸਾਈਜ਼ 'ਤੇ ਠੀਕ ਹੈ ਨਾ ਜਿਹਦੇ ਸੱਟ ਲੱਗੀ ਹੋਈ ਦੱਸੋ ਬਿਨਾਂ ਮੈਡੀਸਨ ਤੋਂ ਲੋਡ ਕਰਾਂਗੇ ਐਕਸਰਸਾਈਜ਼ ਦੇ ਨਾਲ ਕਿਸੇ ਦਾ ਗੋਡਾ ਕਿਸੇ ਦਾ ਗਿੱਟਾ ਕਿਸੇ ਦੇ ਹੋਰ ਆ ਠੀਕ ਆ ਬਸ ਬਾਈ ਮਹਾਰਾਜ ਦੇ ਨਾਲ ਜੁੜੇ ਹੋਏ ਹਾਂ ਸੱਚੇ ਪਾਤਸ਼ਾਹ ਨੂੰ ਸੱਚੇ ਮਾਰਗ 'ਤੇ ਚੱਲਦੇ ਹਾਂ ਠੀਕ ਹੈ ਜੀ ਬਾਈ ਉਹ ਨਾ ਉੱਥੇ ਉਹ ਲੱਗਿਆ ਉੱਧਰੋਂ ਯਾਰ ਪਾਣੀ ਡਿੱਗਦਾ ਪਾ ਬਸ ਇਹੀ ਆ ਬਾਈ ਸੁਨੇਹਾ ਮਿਹਨਤ ਕਰੋ ਫੂਡ ਆਪਦਾ ਹਾਂਜੀ ਬਾਈ ਇਹ ਤਾਂ ਰੋਟੀਆਂ ਵਾਲਾ ਹੋ ਗਿਆ ਪ੍ਰੋਜੈਕਟ ਆਪਣਾ ਰਸੋਈ ਦਾ ਹੁਣ ਤੁਹਾਨੂੰ ਡੰਗਰਾਂ ਵਾਲਾ ਅਤੇ ਦੂਜਾ ਦਿਖਾਉਣੇ ਆ ਕੰਮ ਹੈ ਨਾ ਡੰਗਰ ਵੀ ਅਸੀਂ ਮੁੰਡੇ ਸਾਹਿਬ ਆਪ ਹੀ ਸਾਂਭਦੇ ਹਾਂ ਕਿਸੇ ਦੀ ਦੁੱਧ ਅਤੇ ਦੁੱਧ ਹੀ ਆ ਰੈਸਟ ਕਰਦੇ ਛੋਟੇ ਆ ਜਿਹੜੇ ਆਹ ਗਰਾਊਂਡ ਆ ਜੀ ਗਰਾਊਂਡ 'ਚ ਅੱਜ ਮਹਾਰਾਜ ਨੇ ਜਲ ਥਲ ਕਰਤਾ ਉਹ ਚੌਲ ਲਾਉਣੇ ਆ 2 ਕਿੱਲਿਆਂ 'ਚ ਚਲੋ ਸੁੱਕ ਜੂ ਪਾਣੀ ਕੱਢਦੇ ਹਾਂ ਆਹ ਸ਼ੇਰੂ ਆ ਹੋ ਗਏ ਸ਼ੇਰੂ ਮੈਂ ਬਣਾ ਦੀ ਚੌਲ ਬਣਾ ਦੀ ਆ ਬਾਈ ਚੌਰ ਉੱਥੇ ਫਿਰ ਮੀਂਹ ਪੈਂਦਾ ਸੀ ਯਾਰ ਹਨਾ ਆਹ ਚੌਰ ਤਿਆਰ ਕੀਤੀ ਇਹਨਾਂ ਨੇ ਅਤੇ ਪੱਠਿਆਂ ਪੁੱਠਿਆਂ ਦਾ ਕਰਤਾ ਸਾਰਾ ਹਾਂਜੀ ਬਾਈ ਗੁੱਡ ਗੁੱਡ ਪੱਤਾ ਬਸ ਠੀਕ ਆ ਇਹਨੂੰ ਬਾਹਰ ਹੀ ਬੰਨ ਦਿੰਦੇ ਹੁਣ ਮੀਂਹ ਤਾਂ ਹੈਗਾ ਬਾਹਰ ਬੰਨ ਦੋ ਮੇਰੇ ਨਾਲ ਅੰਦਰ ਸੁੱਕ ਜੂ ਖੋਲ ਲਓ ਪੱਤ ਮਾਰ ਕੇ ਕੱਢ ਦਿਓ ਬਾਹਰ ਇਹਨਾਂ ਅਤੇ ਇਹ ਸਾਡੀ ਆ ਵੀ ਰਫੀਲ ਜਾਦੂ ਜੀ ਵੀ ਆ
ਕਿਲੋ ਮੱਝ ਥੱਲੇ ਦੁੱਧ ਆਪਣੇ ਜਾਣਾ ਕੁਛ ਨਹੀਂ ਨਾਲ ਬਾਈ ਠੀਕ ਆ ਨਾ ਸੰਤੁਸ਼ਟ ਹੋਵੋ ਕੁਛ ਨਹੀਂ ਨਾਲ ਜਾਣਾ ਇਹੀ ਜਾਣਾ ਚੰਗਿਆਈ ਕਰੋ ਚੰਗਾ ਕੰਮ ਕਰੋ ਮੁੰਡਿਆਂ ਨੂੰ ਕੁੜੀ ਵਾਲਿਆਂ ਨੂੰ ਇਹੀ ਆ ਵੀ ਮਿਹਨਤ ਕਰੋ ਪੁੱਤ ਟਾਈਮ ਲੱਗਣਾ ਸਟਾਰ ਬਣ ਜਾਓਗੇ ਠੀਕ ਆ ਨਾ ਟਾਈਮ ਲੱਗਣਾ ਟਾਈਮ ਤਾਂ ਲੱਗਣਾ ਹੀ ਲੱਗਣਾ ਠੀਕ ਹੈ ਕੋਈ ਵੀ ਕੰਮ ਆ ਹੁਣ ਚੌਲ ਬੀਜਿਆ ਚੌਲ ਲਾਉਣ ਵੀ 4-5 ਮਹੀਨੇ 6 ਮਹੀਨੇ ਲੱਗਣੇ ਨੇ ਹੈ ਨਾ ਅਤੇ ਜਾਣੀ ਕੁੜੀ ਦਾ ਆਏ ਹਾਂ ਜੇ ਬੰਦਾ ਜਦੋਂ ਐਨ ਪੂਰੇ ਮੂਲ ਮਤਲਬ ਸਮਰਪਿਤ ਹੋ ਕੇ ਐਕਸਰਸਾਈਜ਼ ਕਰੇ ਵੀ ਮੈਂ ਕਹਿੰਦਾ ਵੀ 2 ਸਾਲ ਜਾਂਦੀ ਮੰਜ਼ਿਲ 'ਤੇ ਪਹੁੰਚ ਸਕਦਾ ਸਟਾਰ ਬਾਕੀ ਆਪਦਾ ਇੱਥੋਂ ਸਾਫ਼ ਰੱਖੋ ਪਹਿਲਾਂ ਤਾਂ ਵੱਡੀ ਗੱਲ ਝੂਠ ਨਹੀਂ ਬੋਲਣਾ ਬੇਈਮਾਨੀ ਨਹੀਂ ਕਰਨੀ ਮਾੜਾ ਨਹੀਂ ਦੇਖਣਾ ਮਾੜਾ ਸੁਣਨਾ ਨਹੀਂ ਮਾੜਾ ਖਾਣਾ ਨਹੀਂ ਇਹੀ ਬਾਈ ਬੇਨਤੀ ਹੈ ਸਾਰੇ ਭਰਾਵਾਂ ਨੂੰ ਅਤੇ ਆਪਦਾ ਭਾਈਚਾਰਾ ਬਣਾ ਕੇ ਰੱਖੋ ਠੀਕ ਆ ਨਾ ਕੋਈ ਐਵੇਂ ਕਮੈਂਟ ਵਾਲਾ ਕੰਮ ਆਪਾਂ ਭਾਈਚਾਰਾ ਆਪਦਾ ਸਿਰ ਜੋੜ ਕੇ ਰੱਖਣੇ ਆ ਆਪਾਂ ਐਵੇਂ ਆਪਦੇ ਭਰਾਵਾਂ ਨੂੰ ਯਾਰ ਨਿੰਦੀ ਜਾਂਦੇ ਹਾਂ ਤੂੰ ਆਏ ਹਾਂ ਤੂੰ ਆਏ ਕੀ ਲੋੜ ਹੈ ਬਾਈ ਠੀਕ ਆ ਕਿਸੇ ਦੇ ਕਹਿਣ 'ਤੇ ਬਿਨਾਂ ਕਰੋ ਬਸ ਜਿਹੜੀ ਸੱਚੀ ਗੱਲ ਆ ਉਹਦੇ ਸੱਚੀ ਗੱਲ 'ਤੇ ਹਾਂ ਵੀ ਭਰੋ ਵੀ ਹਾਂ ਇਹ ਸੱਚ ਆ ਇਹ ਝੂਠ ਬਸ ਚਾਹੇ ਤੁਹਾਡਾ ਭਾਈ ਆ ਚਾਹੇ ਤੁਹਾਡਾ ਜਵਾਕ ਆ ਚਾਹੇ ਤੁਹਾਡਾ ਸੱਚ ਦੇਖੋ ਇਹੋ ਜਿਹੀ ਗੱਲ